बाबा विश्वकर्मा महाराज की जय। अज बाबा विश्वकर्मा महाराज जी का जिहड़ा वा त्यौहार वा बड़ी श्रद्धा भावना दे नाल मकैनिकल मनाउंदे ने। तां जदों कि इह त्यौहार आउंदा है तां सब तों पहलों मकैनिकल जिहड़े ने उह अपने जिहड़े इहनां दे शस्त्र जिहड़ी दात बख्शी है महाराज ने उस दात तों पहलां तां तुसीं देख सकदे जी कि उहनूं कच्ची लस्सी का इशनान जिहड़ा वा उह कराया जांदा है। इशनान कराउण तों बाद देख सकदे जो कि शस्त्रां उपर फुल्लां दी वरखा कीती जांदी है। महाराज जी का जिहड़ा कि पूरा गुणगान गाया जांदा है। तां अज दा दिन जिहड़े जिन्ने वी मकैनिकल जिहड़े भरा हुंदे ने वीर ने उह सारे जणे अज पहलों तां पूजा करदे ने। उस तों बाद जिहड़े इकट्ठे हो के जिहड़ा कि तुसीं वेख सकदे जो कि अज मकैनिकल भरा सारे खड़े ने और इन्हां विच इह वा कि सारे एकता है, प्यार है। इह प्यार ही जिहड़ा वा इन्हां दा सारा इकट्ठा और पूजा वी इकट्ठे ही करदे ने। तो अज दा दिन जिहड़ा वा बाबा विश्वकर्मा जी दा बड़े ही चवा नाल मनाया जाता है, प्रसाद भी वंडिया जाता है। साडे नाल मौजूद है गए ने, पहला तो उन्हां दुकानदारां नाल गल करांगे जी। तुहाडा नाम जी? सैंडी। सैंडी जी, तुहाडा काम काज कदा? मेरा बुलेट रिपेयर दा काम है जी। जो अज बाबा विश्वकर्मा जी दा त्यौहार वा, ते किस तरह तुसीं इह त्यौहार नूं मनाउंदे जो? बड़ियां खुशियां नाल मनाउंदे जी, श्रद्धा भाव नाल, बहुत खुशियां पर प्यार भरावां नाल, जिन्ने मकैनिक भरा नाल सारे बड़े प्यार नाल मनाउंदे आ जी अज दिन त्यौहार। ਜਿਸ ਤਰ੍ਹਾਂ ਕਿ ਤੁਹਾਡੇ ਸ਼ਸਤਰਾਂ ਦੀ ਤੁਸੀਂ ਕੀ ਅੱਜ ਪੂਜਾ ਕਿਸ ਤਰ੍ਹਾਂ ਕਰਦੇ ਜੀ? ਪੂਜਾ ਜੀ, ਅਸੀਂ ਕੱਚੀ ਲੱਸੀ ਦੇ ਨਾਲ ਵਿੱਚ ਸ਼ਸਤਰਾਂ ਨੂੰ ਇਸ਼ਨਾਨ ਕਰਾ ਕੇ ਤੇ ਉਹਨਾਂ ਨਾਲ ਫੁੱਲਾਂ ਨਾਲ ਪੂਰਾ ਜਿੰਨਾ ਵੀ ਆਪਣੀ ਸ਼ਰਧਾ ਦੇ ਹਿਸਾਬ ਨਾਲ ਅਸੀਂ ਫੁੱਲਾਂ ਨਾਲ ਉਹਨਾਂ ਦਾ ਇੱਜ਼ਤ ਮਾਣ ਕਰੀਦਾ ਜੀ। ਉਸ ਹਿਸਾਬ ਨਾਲ ਜੋ ਅੱਜ ਵੇਖਣ ਨੂੰ ਮਿਲਦਾ ਕਿ ਜੇ ਕਿਤੇ ਕੋਈ ਕਿਸੇ ਨੂੰ ਕੰਮ ਪੈ ਜਾਂਦਾ, ਜੋ ਕਿ ਐਮਰਜੈਂਸੀ ਪੈ ਜਾਂਦੀ, ਫਿਰ ਉਹ ਕੰਮ ਕਰਦੇ ਜੀ ਤੁਸੀਂ? ਬਿਲਕੁਲ ਜੀ, ਬਿਲਕੁਲ। ਇਹ ਜ਼ਰੂਰੀ ਹੈ ਜੀ, ਜੇ ਤੇ ਕੋਈ ਵੀ ਬੰਦਾ ਜਾਂ ਕੋਈ ਵੀ ਰਾਹ ਚੱਲਦਾ ਕੋਈ ਵਿਅਕਤੀ, ਜੇ ਕਿਤੇ ਰਾਹ ਦੇ ਵਿੱਚ ਪਰੇਸ਼ਾਨੀ ਹੋਵੇ, ਕੋਈ ਮੁਸ਼ਕਲ ਹੋਵੇ ਕਿਸੇ ਮੋਟਰਸਾਈਕਲ ਨੂੰ ਜਾਂ ਕਿਸੇ ਵੀ ਵਹੀਕਲ ਨੂੰ ਕਿਸੇ ਨੂੰ ਮੁਸ਼ਕਲ ਹੋਵੇ, ਤੇ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀ ਦੀ ਉਹਦੀ ਮਸਲਾ ਸਮਾਧਾਨ ਕਰਨ ਦੀ ਕਿ ਅਗਲਾ ਖਰਾਬ ਨਾ ਹੋਵੇ ਕਿਤੇ ਰਸਤੇ ਦੇ ਵਿੱਚ। ਬਿਲਕੁਲ ਜੀ, ਅਗਰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਸ ਮੁਸ਼ਕਲ ਨੂੰ ਵੀ ਜਿਹੜਾ ਵਾ ਹੱਲ ਕਰ ਦਿੰਦੇ ਨੇ, ਕਿਉਂਕਿ ਬਾਬਾ ਵਿਸ਼ਕਰਮਾ ਮਹਾਰਾਜ ਇਹਨੇ ਇਹ ਸ਼ਸਤਰ ਜਿਹੜੇ ਨੇ ਇਹਨਾਂ ਨੂੰ ਦਾਤ ਬਖਸ਼ੀ ਹੈ ਔਰ ਕੰਮ ਕਾਜ ਜਿਹੜਾ ਵਾ ਇਹੋ ਕਰ ਸਕਦੇ ਨੇ। ਅਗਰ ਨਹੀਂ ਕਰਦੇ ਤਾਂ ਲੋਕ ਕਹਿ ਦੇਣਗੇ ਕਿ ਫਿਰ ਜੇ ਅੱਜ ਦਾ ਦਿਨ ਸੀ ਤਾਂ ਜਿਸ ਤਰ੍ਹਾਂ ਅਸੀਂ ਮੁਸੀਬਤ 'ਚ ਸਾਡਾ ਸਾਥ ਦੇਣਾ ਬਣਦਾ, ਸੋ ਸਾਥ ਦਿੰਦੇ ਨੇ, ਕੋਈ ਵੀ ਮੁਸ਼ਕਲ ਹੋਵੇ ਉਹਦੀ ਮੁਸ਼ਕਲ ਦਾ ਹੱਲ ਕਰ ਦਿੰਦੇ ਨੇ। ਸਾਡੇ ਨਾਲ ਹੋਰ ਵੀ ਹੈਗੇ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਜੀ ਵਿਸ਼ੂ। ਵਿਸ਼ੂ ਜੀ, ਕਿਸ ਤਰ੍ਹਾਂ ਅੱਜ ਮਹਾਰਾਜ ਵਿਸ਼ਵਕਰਮਾ ਜੀ ਦਾ ਤਿਉਹਾਰ ਤੁਹਾਡੇ ਮਨਾਇਆ ਜਾ ਰਿਹਾ? ਹਾਂਜੀ ਜੀ, ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਜੀ। ਸਵੇਰੇ ਉੱਠ ਕੇ ਦੁਕਾਨ ਤੇ ਆਏ ਆ ਜੀ, ਸ਼ਰਧਾ ਭਾਵਨਾ ਨਾਲ ਆਪਣਾ ਸ਼ਸਤਰ ਸਾਰੇ ਕੱਢੇ ਆ, ਧੋਤੇ ਆ, ਕੱਚੀ ਲੱਸੀ ਨਾਲ ਇਸ਼ਨਾਨ ਕਰਾਇਆ, ਫੁੱਲਾਂ ਨਾਲ ਉਹਨਾਂ ਦਾ ਸਵਾਗਤ ਕੀਤਾ ਜੀ, ਤੇ ਆਪਣੇ ਵੱਲੋਂ ਸਾਰੇ ਸੰਗਤ ਨੂੰ ਪ੍ਰਸ਼ਾਦ ਵੀ ਵਰਤਾਇਆ ਜਾਵੇਗਾ ਜੀ। ਤੇ ਮਤਲਬ ਬਹੁਤ ਸਾਡੇ ਮਨ ਚ ਸ਼ਰਧਾ ਹੁੰਦੀ ਹੈ ਇਸ ਦਿਨ, ਅਸੀਂ ਜੇਕਰ ਕਿਸੇ ਨੂੰ ਐਮਰਜੈਂਸੀ ਨਾ ਹੋਵੇ ਤੇ ਅਸੀਂ ਸ਼ਸਤਰਾਂ ਨੂੰ ਨਹੀਂ ਯੂਜ਼ ਕਰਦੇ ਜੀ, ਅਗਰ ਕਿਤੇ ਜ਼ਰੂਰਤ ਪੈ ਜਾਏ ਤਾਂ। ਹਾਂਜੀ, ਜੇਕਰ ਕੋਈ ਫਸਿਆ ਹੋਵੇ ਵੀਰ ਭਰਾ ਕੋਈ ਪਰਿਵਾਰ ਨਾਲ ਹੋਵੇ ਤੇ ਅਸੀਂ ਉਹਦੀ ਜ਼ਰੂਰ ਮਦਦ ਕਰਦੇ ਹਾਂ। ਸੋ ਇਹ ਸਨ ਅੱਜ ਮਕੈਨੀਕਲ ਭਰਾ ਨੇ ਸਾਰੇ ਇਕੱਠੇ ਹੋਏ ਨੇ, ਤੁਸੀਂ ਦੇਖ ਸਕਦੇ ਹੋ, ਔਰ ਪ੍ਰਸ਼ਾਦ ਜਿਹੜਾ ਵਾ ਇਹ ਹੁਣ ਵਰਤਾਇਆ ਜਾ ਰਿਹਾ। ਵੇਖ ਸਕਦੇ ਤੁਸੀਂ ਕਿ ਇਹ ਇੱਕ ਮਕੈਨੀਕਲ ਭਰਾ ਨੇ ਸਾਰੇ ਜਿਹੜੇ ਕਿ ਜਦੋਂ ਵੀ ਕੋਈ ਗੱਡੀ, ਮੋਟਰਸਾਈਕਲ, ਕਾਰ, ਵੱਡੇ ਤੋਂ ਵੱਡਾ ਵਹੀਕਲ ਹੋਏ, ਚਾਹੇ ਕਹਿੰਦੇ ਜਹਾਜ਼ ਵੀ ਹੋਵੇ ਨਾ, ਤਾਂ ਉਹਦਾ ਵੀ ਇਹੀ ਕੰਮ ਕਰਨਾ ਜਾਣਦੇ ਨੇ। ਤੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਸ਼ਸਤਰਾਂ ਦੀ ਜਿਹੜੀ ਹੈ ਉਹ ਇਹਨਾਂ ਨੂੰ ਹੀ ਦਾਤ ਮਿਲੀ ਹੈ ਔਰ ਇਹੋ ਹੀ ਕਰਦੇ ਨੇ। ਪ੍ਰਸ਼ਾਦ ਵੀ ਵਰਤਾਇਆ ਜਾ ਰਿਹਾ ਔਰ ਦੁਕਾਨਾਂ ਤੇ ਅਸੀਂ ਤੁਹਾਨੂੰ ਦਿਖਾਵਾਂਗੇ, ਦੁਕਾਨਾਂ ਦੇ ਉੱਤੇ ਤੁਸੀਂ ਵੇਖ ਸਕਦੇ ਜੋ ਕਿ ਅੱਜ ਇਹ ਸ਼ਸਤਰ ਆ ਦੇਖ ਸਕਦੇ ਜੋ ਕਿ ਕਿਸ ਤਰ੍ਹਾਂ ਉਹਨਾਂ ਨੇ ਸਜਾਏ ਹੋਏ ਨੇ। ਕੱਚੀ ਲੱਸੀ ਹੈ, ਗੁਲਾਬਾਂ ਦੇ ਫੁੱਲ ਨੇ, ਉੱਤੇ ਪੰਤਰੀਆਂ ਨੇ, ਮਹਾਰਾਜ ਦੀ ਤਸਵੀਰ ਔਰ ਪੂਜਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਅੱਜ ਦਾ ਦਿਨ ਮਕੈਨੀਕਲ ਵੀਰਾਂ ਨੂੰ ਜਿਹੜਾ ਕਿ ਅਸੀਂ ਵੀ ਜਗਬਾਣੀ ਟੀਵੀ ਵੱਲੋਂ ਉਹਨਾਂ ਨੂੰ ਵਿਸ਼ਕਰਮਾ ਮਹਾਰਾਜ ਦੇ ਇਹਦੇ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਹਾਂ। ਵਿਜੇ ਕੁਮਾਰ, ਜਗਬਾਣੀ ਟੀਵੀ, ਤਰਨ ਤਾਰਨ।